ਅਸੀਂ ਤੁਹਾਡੀ ਐਫ ਆਈ ਆਰ ਤੋਂ ਡਰਨ ਵਾਲੇ ਨਹੀਂ, ਅਸੀਂ ਤੁਹਾਡੀ ਕਿਸੇ ਧਮਕੀ ਤੋਂ ਡਰਨ ਵਾਲੇ ਨਹੀਂ। ਜਿੱਥੇ ਆਮ ਲੋਕਾਂ ਨਾਲ ਕੋਈ ਧੱਕੇਸ਼ਾਹੀ ਹੋਏਗੀ, ਜਿੱਥੇ ਅਨਿਆਂ ਹੋਏਗਾ, ਉੱਥੇ ਜਾ ਕੇ ਆਮ ਲੋਕਾਂ ਦੇ ਲਈ ਖੜਨਾ, ਅਨਿਆਂ ਨੂੰ ਰੋਕਣਾ ਸਾਡੀ ਸਾਰਿਆਂ ਦੀ ਜਿਹੜੀ ਉਹ ਡਿਊਟੀ ਹੈਗੀ ਹੈ। 11 ਵਜੇ ਬਟਾਲਾ ਦਾ ਗਾਂਧੀ ਚੌਂਕ ਹੈਗਾ। ਮੇਰੀ ਸਾਰੇ ਨਿਆਂ ਪਸੰਦ ਲੋਕਾਂ ਨੂੰ ਅਪੀਲ ਹੈਗੀ ਹੈ ਕਿ ਕੱਲ੍ਹ ਉੱਥੇ ਇੱਕ ਬਹੁਤ ਵੱਡਾ ਵਿਸ਼ਾਲ ਧਰਨਾ ਪੀੜਿਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਵਾਸਤੇ। ਬਟਾਲਾ ਬੰਬ ਬਲਾਸਟ, ਜਿਹੜਾ ਪਟਾਕਾ ਫੈਕਟਰੀ ਦੇ ਵਿੱਚ ਬਹੁਤ ਵੱਡਾ ਧਮਾਕਾ ਹੋਇਆ, ਜਿਹਦੇ ਵਿੱਚ 24 ਕੀਮਤੀ ਜਾਨਾਂ ਚਲੇ ਗਈਆਂ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ। ਐਂਡ ਅਫਸੋਸ ਹੋਇਆ ਕਿ ਉੱਥੇ ਬੈਂਸ ਵਰਸਿਸ ਬੀਸੀ, ਤੂੰ ਅਤੇ ਤੁਸੀਂ ਵਾਲੇ ਸ਼ਬਦ ਨੂੰ ਲੈ ਕੇ ਬਹੁਤ ਵੱਡਾ ਸਰਕਾਰ ਵੱਲੋਂ ਇੱਕ ਬਵੇਲਾ ਖੜਾ ਕੀਤਾ ਗਿਆ। ਔਰ ਇਉਂ ਲੱਗਦਾ ਕਿ ਉਸ ਵੱਡੇ ਬਵੇਲੇ ਦੇ ਵਿੱਚ ਅਸਲ ਜਿਹੜਾ ਮੁੱਦਾ ਸੀ, ਸਰਕਾਰ ਉਸ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਯਤਨਾਂ ਦੇ ਵਿੱਚ ਹੈਗੀ ਹੈ। ਇਸ ਗੱਲ ਦਾ ਵੀ ਅਫਸੋਸ ਹੈ ਕਿ 24 ਕੀਮਤੀ ਜਾਨਾਂ ਚਲੀਆਂ ਜਾਣ ਅਤੇ ਕਿਸੇ ਵੀ ਅਫਸਰ ਦੀ ਜ਼ਿੰਮੇਵਾਰੀ ਤੈਅ ਨਾ ਹੋਵੇ, ਕੋਈ ਛੋਟਾ ਕੋਈ ਵੱਡਾ। ਔਰ ਮਜਿਸਟਰੇਟ ਦੀ ਜਾਂਚ ਦਾ ਜਿਹੜਾ ਹੁਕਮ ਦੇ ਤਾ, ਮਜਿਸਟਰੇਟ ਦੀ ਜਾਂਚ ਜੇ ਮੈਂ ਸਾਦੀ ਭਾਸ਼ਾ ਜੇ ਕਹਾਂ ਤਾਂ ਇੱਕ ADC ਜਾਂ SDM ਲੈਵਲ ਦਾ ਅਧਿਕਾਰੀ ਮਜਿਸਟਰੇਟ ਦੀ ਜਾਂਚ ਕਰਦਾ। ਹੁਣ ਇੱਕ ADC ਪੱਧਰ ਦਾ ਅਧਿਕਾਰੀ ਕੀ ਆਪਣੇ ਜ਼ਿਲ੍ਹੇ ਦੇ DC ਵਿਰੁੱਧ ਕੁਛ ਲਿਖਣ ਦੀ ਜ਼ਰੂਰਤ ਰੱਖਦਾ? ਜਾਂ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿੰਨੇ ਵੱਡੇ ਵੱਡੇ ਦੁਖਾਂਤ ਹੋਏ, ਚਾਹੇ ਉਹ ਅੰਮ੍ਰਿਤਸਰ ਦਾ ਰੇਲਵੇ ਹਾਦਸਾ ਸੀਗਾ, ਚਾਹੇ ਉਹ ਦਰਿਆ ਦੇ ਵਿੱਚ ਲੱਖਾਂ ਜਲ ਜੀਵ ਮਰ ਕੇ ਜਿਹੜੀ ਵਾਈਨ ਫੈਕਟਰੀ ਨੇ ਕੋਈ ਕੈਮੀਕਲ ਵਾਲਾ ਸੀਰਾ ਪਾਣੀ ਦੇ ਵਿੱਚ ਰੋੜਿਆ, ਮਜਿਸਟਰੇਟੀ ਜਾਂਚ ਹੋਈ। ਅੱਜ ਤੱਕ ਕਿਸੇ ਮਜਿਸਟਰੇਟੀ ਜਾਂਚ ਨੇ ਕੋਈ ਐਸੀ ਜਾਂਚ ਪੜਤਾਲ ਸਿੱਟਾ ਰਿਪੋਰਟ ਸਾਹਮਣੇ ਲੈ ਕੇ ਆਉਂਦੀ ਹੋਵੇ ਜਿਹੜੀ ਸਿੱਟਾ ਰਿਪੋਰਟ ਦੋਸ਼ੀਆਂ ਨੂੰ ਅਦਾਲਤ ਦੇ ਕਟਹਿਰੇ ਵਿੱਚ ਖੜਾ ਕਰਦੀ ਹੋਵੇ? ਨਥਿੰਗ। ਸਿਰਫ ਆਈ ਵਾਸ਼ ਕਰਨ ਵਾਸਤੇ, ਸਿਰਫ ਲੋਕਾਂ ਨੂੰ ਠੰਡੇ ਕਰਨ ਵਾਸਤੇ ਮਜਿਸਟਰੇਟੀ ਜਾਂਚ ਹੈ। ਇੱਕ ਤਾਂ ਆਪਾਂ ਹਾਈ ਕੋਰਟ ਦੇ ਵਿੱਚ ਜਿਹੜੀ PIL ਦਾਇਰ ਕਰਨ ਜਾ ਰਹੇ ਹਾਂ ਕਿ ਇਹ ਮਜਿਸਟਰੇਟੀ ਜਾਂਚ ਸਰਕਾਰ ਤੋਂ ਲੈ ਕੇ ਇਹਨੂੰ ਕਿਸੇ ਮੌਜੂਦਾ ਹਾਈ ਕੋਰਟ ਦੇ ਜੱਜ ਤੋਂ ਕਮਿਸ਼ਨ ਬਿਠਾਇਆ ਜਾਵੇ, ਮੌਜੂਦਾ ਜੱਜ ਹਾਈ ਕੋਰਟ ਦਾ ਜੱਜ ਇਸ ਸਾਰੇ ਕਾਂਡ ਦੀ ਤਹਿਕੀਕਾਤ ਕਰੇ ਕਿ ਕਿਹੜੇ ਅਧਿਕਾਰੀ ਦੀ ਅਣਗਹਿਲੀ ਕਾਰਨ, ਕਿਹੜੇ ਕਿਹੜੇ ਅਧਿਕਾਰੀ ਇਹਦੇ ਵਿੱਚ ਸ਼ਾਮਲ ਆ, ਕਿਹੜੇ ਅਧਿਕਾਰੀਆਂ ਨੇ NOC ਦਿੱਤੀ, ਕਿਹੜੇ ਅਧਿਕਾਰੀ ਨੇ ਲਾਇਸੈਂਸ ਉਸ ਫੈਕਟਰੀ ਨੂੰ ਦਿੱਤਾ ਸੰਘਣੀ ਆਬਾਦੀ ਦੇ ਵਿੱਚ ਚੱਲਣ ਵਾਸਤੇ, ਉਹਨਾਂ ਸਾਰਿਆਂ ਦੇ ਉੱਤੇ ਕਰੜੀ ਕਾਰਵਾਈ। ਐਂਡ ਦੂਸਰਾ, ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਈਆ ਜ਼ਰੂਰ ਮਿਲਣਾ ਚਾਹੀਦਾ। ਹੁਣ ਸਰਕਾਰ ਤਾਂ 2 ਲੱਖ ਰੁਪਈਆ ਦੇ ਕੇ ਪੱਲਾ ਝਾੜ ਗਈ, 25,000 ਰੁਪਈਆ ਜਿਹੜੇ ਜ਼ਖਮੀ ਹੋਏ ਆ। ਅਫਸੋਸ ਹੋਇਆ ਇਸ ਗੱਲ ਦਾ, 50 ਲੱਖ ਰੁਪਈਆ ਕੋਈ ਸਰਕਾਰੀ ਨਾ ਸੀ, ਕੋਈ ਕੰਟਰੈਕਟ ਕਿਸੇ ਮਹਿਕਮੇ ਦੇ ਵਿੱਚ ਜਿੱਥੇ ਕਿਤੇ ਕੋਈ ਪੱਕੇ ਹੋਣ ਦੀ ਆਸ ਹੋਵੇ, ਕੋਈ ਨੌਕਰੀ ਦਿਓ ਸੀ ਉਹਨਾਂ ਨੂੰ। ਸੋ ਇਹ ਸਾਰਾ ਕੁਛ ਤੂੰ ਅਤੇ ਤੁਸੀਂ ਵਾਲੇ ਚੱਕਰ ਦੇ ਵਿੱਚ ਸਰਕਾਰ ਨੇ ਮਿੱਟੀ ਉੱਤੇ ਪਾ ਕੇ ਅਤੇ ਦੱਬਣ ਦਾ ਯਤਨ ਕੀਤਾ। ਸੋ ਦੋਸਤੋ, ਦੱਬਣ ਨਹੀਂ ਦੇਣਾ ਆਪਾਂ। FIR, ਬਹੁਤ ਸਾਰੇ ਲੋਕ ਇਸ ਗੱਲ ਦਾ, ਸਰਕਾਰੀ ਧਿਰ ਵਾਲੇ ਰਿਲੇਟਡ ਲੋਕ ਇਸ ਗੱਲ ਦਾ ਪ੍ਰਚਾਰ ਕਰਦੇ ਵੀ ਬੈਂਸ ਦੇ ਉੱਤੇ 13-12 FIR ਆ ਗਏ। ਸੋ ਇਹ FIR ਨਾ ਤਾਂ ਦੋਸਤੋ ਕਿਸੇ ਕਰਪਸ਼ਨ ਦੀ ਹੈ, ਨਾ ਕਿਸੇ ਨਾ ਠੱਗੀ ਠੋਰੀ ਦੀ ਹੈ, ਨਾ ਕੋਈ ਮਾੜੇ ਕਰਮ ਦੀ ਹੈ। ਇਹ ਸਾਰੀਆਂ FIR-ਾਂ ਤੁਸੀਂ ਚੈੱਕ ਕਰ ਸਕਦੇ ਹੋ। ਕੋਈ ਰੇਤ ਮਾਫੀਆ ਦੇ ਖਿਲਾਫ ਸੰਘਰਸ਼ ਕਰਦੇ ਹਾਂ 2-3 ਮਹੀਨੇ ਜੇਲ੍ਹ ਦੇ ਅੰਦਰ ਬੰਦ, ਕਿਤੇ ਕੋਈ ਕੇਬਲ ਮਾਫੀਆ ਦੇ ਵਿਰੁੱਧ ਸੰਘਰਸ਼ ਕਰਦੇ ਹਾਂ ਜੇਲ੍ਹ, ਔਰ ਕਿਤੇ ਕੋਈ ਬੇਰਕਾ ਮਿਲਕ ਪਲਾਂਟ ਪਾਸਪੋਰਟ ਦਫ਼ਤਰ ਦੇ ਵਿੱਚ ਆਮ ਲੋਕਾਂ ਦੀ ਲੁੱਟ ਨੂੰ ਐਕਸਪੋਜ਼ ਕੀਤਾ, ਬੇਈਮਾਨ ਅਫਸਰਾਂ ਨੂੰ ਐਕਸਪੋਜ਼ ਕਰਤਾ। ਅੱਜ ਵੱਡੀ ਪੱਧਰ ਦੇ ਪੰਜਾਬ ਦੇ ਵਿੱਚ ਜਿਹੜੀ ਕਰਪਟ ਬਿਊਰੋਕਰੇਸੀ ਹੈ ਨਾ, ਉਹ ਸੱਤਾਧਾਰੀ ਲੋਕਾਂ ਨਾਲ ਮਿਲ ਕੇ ਨੈਕਸਸ 'ਤੇ ਸੰਗਠਨ ਬਣਾਈ ਫਿਰਦੀ ਹੈ। ਤੁਸੀਂ ਕਿਸੇ ਦਫ਼ਤਰ 'ਚ ਚਲੇ ਜਾਓ, ਮੇਰਾ ਖਿਆਲ ਪਟਵਾਰੀ ਤੋਂ ਲੈ ਕੇ DC ਤੱਕ ਜ਼ਿਲ੍ਹੇ ਦੇ ਵਿੱਚ, ਐਂਡ ਇੱਕ ਹੋਮਗਾਰਡੀਏ ਤੋਂ ਲੈ ਕੇ SSP ਤੱਕ, ਤੁਹਾਡਾ ਕੰਮ ਕਿਤੇ ਬਿਨਾਂ ਖੱਜਲ ਖੁਆਰੀ ਬਿਨਾਂ ਪੈਸਿਆਂ ਤੋਂ ਕਿਸੇ ਸਰਕਾਰੀ ਅਫਸਰ ਨੇ ਕੀਤਾ ਹੋਵੇ, ਮੈਨੂੰ ਦੱਸ ਦਿਓ। ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬ ਦੇ ਵਿੱਚ ਸਾਰੀ ਦੀ ਸਾਰੀ ਬਿਊਰੋਕਰੇਸੀ, ਸਾਰੀ ਦੀ ਸਾਰੀ ਮੁਲਾਜ਼ਮਤ ਜਿਹੜੀ ਬੇਈਮਾਨ ਹੈ, ਵਿੱਚ ਚੰਦ ਲੋਕ ਇਮਾਨਦਾਰ ਹੈ ਜਿਨ੍ਹਾਂ ਨੂੰ ਹੈਟ ਆਫ ਸਲੂਟ ਹੈ, ਜਿਨ੍ਹਾਂ ਕਰਕੇ ਥੋੜ੍ਹਾ ਜਿਹਾ ਸਿਸਟਮ ਰੁੜ ਰਿਹਾ। ਸੋ ਦੋਸਤੋ, ਮੈਂ ਤੁਹਾਡਾ ਜ਼ਿਆਦਾ ਵਕਤ ਨਹੀਂ ਲੈਣਾ। ਕੱਲ੍ਹ 11 ਵਜੇ ਬਟਾਲਾ ਦਾ ਗਾਂਧੀ ਚੌਂਕ ਹੈਗਾ। ਮੇਰੀ ਸਾਰੇ ਨਿਆਂ ਪਸੰਦ ਲੋਕਾਂ ਨੂੰ ਅਪੀਲ ਹੈਗੀ ਹੈ ਕਿ ਕੱਲ੍ਹ ਉੱਥੇ ਇੱਕ ਬਹੁਤ ਵੱਡਾ ਵਿਸ਼ਾਲ ਧਰਨਾ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਵਾਸਤੇ।
ਉਹਨਾਂ ਨੂੰ 50-50 ਲੱਖ ਰੁਪਈਆ ਮੁਆਵਜ਼ਾ ਦਿਵਾਉਣ ਵਾਸਤੇ, ਪੀੜਤ ਪਰਿਵਾਰਾਂ ਦੇ ਘਰ ਦੇ ਵਿੱਚ ਇੱਕ ਨੌਕਰੀ ਦਿਵਾਉਣ ਵਾਸਤੇ, ਜਿਹੜੀ ਸਰਕਾਰ ਨੇ ਤੂੰ ਅਤੇ ਤੁਸੀਂ ਦੇ ਚੱਕਰ ਦੇ ਵਿੱਚ ਮਿੱਟੀ ਪਾਉਣ ਦਾ ਯਤਨ ਕੀਤਾ, ਉਹ ਮਿੱਟੀ ਭਰੇ ਕਿ ਅਸਲ ਮੁੱਦੇ 'ਤੇ ਆਓ, ਅਸਲ ਮੁੱਦੇ 'ਤੇ ਆ ਕੇ ਉਸ ਪੀੜਤ ਪਰਿਵਾਰਾਂ ਦੀ ਜਿਨ੍ਹਾਂ ਦੇ ਵਿੱਚ ਕਿਸੇ ਮਾਂ ਦਾ ਪੁੱਤ ਚਲਿਆ ਗਿਆ, ਕਿਸੇ ਭੈਣ ਦਾ ਭਰਾ ਚਲਿਆ ਗਿਆ, ਕਿਸੇ ਬੀਬੀ ਦਾ ਸਿਰ ਦਾ ਸਾਈਂ ਚਲਿਆ ਗਿਆ, ਬੱਚਿਆਂ ਦਾ ਬਾਪ ਚਲਿਆ ਗਿਆ, ਉਹਨਾਂ ਨੂੰ ਨਿਆਂ ਦਿਵਾਉਣ ਵਾਸਤੇ। ਕੱਲ੍ਹ 11 ਵਜੇ ਗਾਂਧੀ ਚੌਂਕ ਬਟਾਲਾ, ਮੇਰੀ ਮਾਝੇ ਦੇ ਸੂਰਬੀਰ ਲੋਕਾਂ ਨੂੰ ਅਪੀਲ ਹੈਗੀ ਆ, ਮਾਝੇ ਵਾਲੇ ਲੋਕ ਬੜੇ ਸੂਰਬੀਰ ਯੋਧੇ ਆ, ਨਿਡਰ ਲੋਕ ਨੇ, ਮੇਰੀ ਉਹਨਾਂ ਨੂੰ ਅਪੀਲ ਆ, ਖਾਸ ਕਰਕੇ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ, ਮਤਲਬ ਜਿਹੜੇ ਬਟਾਲੇ ਦੇ ਨੇੜੇ ਨੇੜੇ ਦੇ ਲੋਕ ਹੈਗੇ, ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਇਸ ਰੋਸ ਸ਼ਾਂਤਮਈ ਧਰਨੇ ਦੇ ਵਿੱਚ ਪਹੁੰਚਣ ਦੀ ਅਪੀਲ ਆ, ਤਾਂ ਜੋ ਇਹ ਜਿਹੜੀ ਸਰਕਾਰ ਪੀੜਤ ਪਰਿਵਾਰਾਂ ਨੂੰ ਮਦਦ ਕਰਨ ਤੋਂ ਭੱਜਣ ਵਾਸਤੇ ਮਿੱਟੀ ਪਾਉਣ ਦੇ ਯਤਨਾਂ 'ਚ ਆ, ਅਤੇ ਦੂਸਰਾ ਜਿਹੜੇ ਸਰਕਾਰੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਹ ਫੈਕਟਰੀ ਦੇ ਵਿੱਚ ਵੱਡਾ ਦੁਖਾਂਤ ਵਾਪਰਿਆ, 2017 ਦੇ ਵਿੱਚ ਇਸੇ ਫੈਕਟਰੀ ਦੇ ਵਿੱਚ ਦੁਖਾਂਤ ਵਾਪਰਿਆ ਸੀ ਅਤੇ ਇੱਕ ਵਿਅਕਤੀ ਦੀ ਮੌਤ ਹੋਈ ਸੀ, ਉਹਦੇ ਤੋਂ ਵੀ ਅਸੀਂ ਕੋਈ ਸਬਕ ਨਹੀਂ ਸਿੱਖਿਆ। ਇਹ ਕਿਹੜੇ ਅਫਸਰ ਹੈਗੇ, ਉਹ DC ਆ, ਉਹ SDM ਆ, ਉਹ ਸੰਬੰਧਿਤ ਦੂਜੇ ਤੀਜੇ ਮਹਿਕਮਿਆਂ ਦੇ ਅਧਿਕਾਰੀ ਹੈਗੇ ਆ, ਸਰਕਾਰ ਨੂੰ ਜਗਾਉਣ ਵਾਸਤੇ ਕਿ ਸੰਬੰਧਿਤ ਅਧਿਕਾਰੀਆਂ ਦੇ ਉੱਤੇ ਕਰੜੀ ਕਾਰਵਾਈ ਕੀਤੀ ਜਾਵੇ। ਸੋ ਕੱਲ੍ਹ ਦੋਸਤੋ ਤੁਹਾਨੂੰ ਆਪਣੀ ਕੱਲ੍ਹ ਦਾ ਇੱਕ ਦਿਨ, ਚਾਹੇ ਕੋਈ ਪਰਿਵਾਰਕ ਰੁਝੇਵਾਂ ਛੱਡਣਾ ਪਵੇ, ਕੱਲ੍ਹ ਨੂੰ ਤੁਹਾਡੇ ਕਾਰੋਬਾਰ ਦਾ ਇੱਕ ਦਿਨ ਉਹਨਾਂ ਪੀੜਤ ਪਰਿਵਾਰਾਂ ਵਾਸਤੇ ਅਤੇ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਦਾ ਰਾਜ ਹੈਗਾ ਉਹਦੇ ਵਿਰੁੱਧ ਇੱਕ ਸੁਨੇਹਾ ਦੇਣ ਵਾਸਤੇ, ਇੱਕ ਉਦਾਹਰਨ ਸੈੱਟ ਕਰਨ ਵਾਸਤੇ। ਇਹ ਤਾਂ ਹੋਇਆ ਵੀ ਹਾਦਸਾ ਹੋ ਗਿਆ, ਮੈਜਿਸਟ੍ਰੇਟੀ ਜਾਂਚ, ਮੁੜ ਕੇ 6 ਮਹੀਨੇ ਬਾਅਦ ਲੋਕ ਭੁੱਲ ਭੁਲਾ ਗਏ ਅਤੇ ਸਰਕਾਰ ਫਿਰ ਆਪਣੇ ਰਸਤੇ 'ਤੇ ਹੈਗੀ ਹੈ। ਸੋ ਇਹ ਵਾਰ ਵਾਰ ਐਸੇ ਹਾਦਸੇ ਨਾ ਵਾਪਰਨ, ਇਸ ਵਾਸਤੇ ਕੱਲ੍ਹ 11 ਵਜੇ ਗਾਂਧੀ ਚੌਂਕ ਬਟਾਲਾ ਦੇ ਵਿੱਚ ਮੈਂ ਤੁਹਾਡੇ ਦਰਸ਼ਨ ਕਰਨ ਲਈ ਆ ਰਿਹਾ। ਕਿਰਪਾ ਕਰਕੇ ਦੋਸਤੋ ਸਾਰੇ ਆਪਣੇ ਪਰਿਵਾਰ ਦੇ ਰੁਝੇਵੇਂ, ਕਾਰੋਬਾਰ ਦੇ ਰੁਝੇਵੇਂ ਇੱਕ ਦਿਨ ਵਾਸਤੇ ਆਪਾਂ ਛੱਡਣੇ ਆ ਸਾਰਿਆਂ ਨੇ, ਪਰ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਸਰਕਾਰ ਨੂੰ ਇੱਕ ਸਖ਼ਤ ਸੰਦੇਸ਼ ਦੇਣਾ ਕਿ ਅਸੀਂ ਤੁਹਾਡੀ FIR ਤੋਂ ਡਰਨ ਵਾਲੇ ਨਹੀਂ, ਅਸੀਂ ਤੁਹਾਡੀ ਕਿਸੇ ਧਮਕੀ ਤੋਂ ਡਰਨ ਵਾਲੇ ਨਹੀਂ। ਜਿੱਥੇ ਆਮ ਲੋਕਾਂ ਨਾਲ ਕੋਈ ਧੱਕੇਸ਼ਾਹੀ ਹੋਏਗੀ, ਜਿੱਥੇ ਅਨਿਆਂ ਹੋਏਗਾ, ਉੱਥੇ ਜਾ ਕੇ ਆਮ ਲੋਕਾਂ ਦੇ ਲਈ ਖੜ੍ਹਨਾ, ਅਨਿਆਂ ਨੂੰ ਰੋਕਣਾ ਸਾਡੀ ਸਾਰਿਆਂ ਦੀ ਜਿਹੜੀ ਉਹ ਡਿਊਟੀ ਹੈਗੀ ਹੈ। ਸੋ ਮੈਂ ਆਸ ਕਰੂੰਗਾ ਕੱਲ੍ਹ 11 ਵਜੇ ਗਾਂਧੀ ਚੌਂਕ ਬਟਾਲਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦੋਸਤੋ ਤੁਸੀਂ ਸਾਰੇ ਜ਼ਰੂਰ ਪਹੁੰਚੋਗੇ, ਤੁਹਾਡੇ ਦਰਸ਼ਨ ਕਰਨ ਲਈ 11 ਵਜੇ ਮੈਂ ਉੱਥੇ ਹਾਜ਼ਰ ਹੋਊਂਗਾ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ।